और उनसे कुछ प्रेरणा ले सके। अमेरिका की कौमांतरी वातावरण संस्था इको सिख वालों 14 मार्च 2014 का दिन सिख वातावरण दिवस वजो मनाने का ऐलान किया गया है। चंडीगढ़ प्रेस क्लब विखे अज संस्था के नुमाइंदियां ने दसिया कि 14 मार्च वाले दिन सिखां दे 7वें पातशाह श्री गुरु हर राय जी नूं गुरगद्दी मिली सी ते गुरु हर राय जी का वातावरण नाल काफी लगाव सी ते इसे कारण इको सिख संस्था वालों लोगों नूं वातावरण की सांभ संभाल लई जागरूक करन दे मकसद नाल इस दिन नूं सिख वातावरण वजो मनाउण दा फैसला लिया गया है। ਸਾਡਾ ਰੀਸੈਂਟ ਜਿਹੜਾ ਟੋਪ ਪ੍ਰਾਇਓਰਿਟੀ ਪ੍ਰੋਜੈਕਟ ਮਾਰਚ 14 ਨੂੰ ਗੁਰੂ ਹਰ ਰਾਏ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ, ਜਿਹਨੂੰ ਕਿ ਅਸੀਂ ਅਪੀਲ ਕਰ ਰਹੇ ਹਾਂ ਕਿ ਸਾਰਾ ਸਿੱਖ ਜਗਤ ਇਸ ਦਿਨ ਨੂੰ ਸਿੱਖ ਵਾਤਾਵਰਨ ਦਿਵਸ, ਸਿੱਖ ਇਨਵਾਇਰਮੈਂਟ ਡੇ ਦੀ ਤਰ੍ਹਾਂ ਮਨਾਏ। ਹਰੇਕ ਘਰ ਵਿੱਚ, ਹਰੇਕ ਗੁਰਦੁਆਰੇ ਦੇ ਵਿੱਚ, ਕਾਲਜ, ਯੂਨੀਵਰਸਿਟੀਆਂ ਜਾਂ ਜਥੇਬੰਦੀਆਂ ਦੇ ਵਿੱਚ ਰੁੱਖ ਲਗਾਏ ਜਾਣ, ਕੀਰਤਨ ਸੈਮੀਨਾਰ ਪਾਣੀ ਦੇ ਉੱਪਰ ਜਾਂ ਆਲੇ ਦੁਆਲੇ ਸਫਾਈ ਦੇ ਪ੍ਰਬੰਧ, ਪਾਣੀ ਦੀ ਬੱਚਤ ਅਤੇ ਹੋਰ ਜਿਹੜੇ ਅਨੇਕਾਂ ਹੀ ਵਿਸ਼ੇ ਨੇ ਜਿਹੜੇ ਨੇਚਰ ਦੇ ਸੰਬੰਧੀ, ਨੇਚਰ ਪ੍ਰੋਟੈਕਸ਼ਨ, ਪ੍ਰਿਜ਼ਰਵੇਸ਼ਨ ਅਤੇ ਕੰਜ਼ਰਵੇਸ਼ਨ ਦੇ ਸੰਬੰਧੀ, ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਅੱਗੇ ਆਈਏ, ਗੁਰੂ ਘਰਾਂ ਤੋਂ ਆਵਾਜ਼ ਉਠਾਈਏ ਤਾਂ ਕਿ ਆਮ ਬੰਦਾ ਜਿਹੜਾ ਧਰਮ ਦੇ ਨਾਲ ਜੁੜਿਆ ਉਹ ਵੀ ਇਸ ਦੀ ਜਿਹੜੀ ਇੱਕ ਅਹਿਮ ਜਿਹੜੀ ਹੈ ਜ਼ਰੂਰਤ ਨੇਚਰ ਨੂੰ ਬਚਾਉਣ ਦੀ, ਉਹ ਧਰਮ ਦੇ ਰਾਹੀਂ ਆਪਣੇ ਮਨ ਵਿੱਚ ਵਸਾ ਸਕੇ, ਉਹਨੂੰ ਸਮਝ ਸਕੇ ਜੋ ਸਾਇੰਟੀਫਿਕਲੀ ਉਹ ਨਹੀਂ ਸਮਝ ਸਕਦਾ। ਪੰਜਾਬ